ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ ਬਹੁਤ ਬਹੁਤ ਸਵਾਗਤ ਹੈ ਨਵੀਂ ਵੀਡੀਓ ਦੇ ਵਿੱਚ ਅਤੇ ਬਾਈ ਟਰੈਕਟਰ ਦਿਖਾਉਣਾ ਤੁਹਾਨੂੰ ਅੱਜ ਸਵਰਾਜ 855 ਅਤੇ ਕੰਡੀਸ਼ਨ ਦੇਖੋ ਬਾਈ ਪਹਿਲਾਂ ਸਭ ਤੋਂ ਪਹਿਲਾਂ ਟਰੈਕਟਰ ਦੀ ਅਤੇ ਸ਼ਰਨੀ ਬਾਈ ਆਪਣੇ ਨਾਲ ਆ ਸਾਨੂੰ ਟਰੈਕਟਰ ਬਾਰੇ ਦੱਸੂਗਾ ਹੋਰ ਸ਼ਰਨੀ ਬਾਈ ਅਤੇ ਬਾਈ ਮਾਡਲ ਹੈਗਾ 2018 ਅਤੇ ਬਾਕੀ 4-star ਹੈ ਟਰੈਕਟਰ ਇਹ ਸ਼ਰਨੀ ਕਿਵੇਂ ਆ ਬਾਈ ਕੰਡੀਸ਼ਨ ਟਰੈਕਟਰ ਦੀ ਠੀਕ ਆ ਬਾਈ ਇਹਦਾ ਸ਼ਰਨੀ ਉਹਦਾ ਮਾਰਕੇ ਕਿੰਨੇ ਦੇ ਟਰੈਕਟਰ ਦੇ 18 ਦੀ ਮਾਰਕੇ ਠੀਕ ਆ ਹਾਂ ਬਾਈ ਪੰਪ 'ਤੇ ਵੀ 18 ਦੀ ਮਾਰਕ ਆਏ ਅਤੇ ਟਰੈਕਟਰ ਪੂਰਾ ਵਧੀਆ ਬਾਈ ਟਾਇਰ 4 70 ਪੈਸੇ ਦੀ ਕੰਡੀਸ਼ਨ ਵਿੱਚ ਹੈਗੇ ਆ ਇਹਦੇ ਅਤੇ ਮੁਰਲਾ ਬੰਪਰ ਲਾਇਆ ਹੋਇਆ ਬੰਪਰ ਨੂੰ ਨਾ ਬੰਪਰ ਸ਼ਰਨੀ ਉਹ ਕਰਿਆ ਹੋਇਆ ਤਾਜ਼ਾ ਜੀ ਕਰਿਆ ਪੇਂਟ ਹੈ ਨਾ ਬੰਪਰ ਪੇਂਟ ਕਰਕੇ ਲਾਇਆ ਵਾ ਅਤੇ ਬਾਕੀ ਬਾਈ ਰੰਗ ਰੂਪ ਦਾ ਟਰੈਕਟਰ ਵਧੀਆ ਸਾਫ਼ ਹੈ ਸਾਰਾ ਹਾਂ ਦੇਖ ਲਓ ਸਾਰਾ ਬਾਡੀ ਦਾ ਰੰਗ ਪੂਰਾ ਵਧੀਆ ਖੜਾ ਐਨ ਕਿਤੇ ਤੇ ਰੰਗ ਨਹੀਂ ਖਰਾਬ ਹੋਇਆ ਵਾਲੇ ਖਲੂਰੇ 'ਤੇ ਵੀ ਰੰਗ ਐਨ ਪਾਏਦਾਨਾ ਦਾ ਰੰਗ ਵੀ ਪੂਰਾ ਵਧੀਆ ਖੜਾ ਹੈ ਅਤੇ ਟਾਇਰਾਂ ਦੀ ਕੰਡੀਸ਼ਨ 70 ਪੈਸੇ ਹੈ ਗੁੜੀਅਰ ਦੇ ਟਾਇਰ ਲੱਗੇ ਹੋਏ ਆ ਟਰੈਕਟਰ ਨੂੰ ਅਤੇ ਸ਼ਰਨੀ ਬਾਰੇ ਮਾੜਾ ਦੇਖੀ ਟਰੈਕਟਰ ਦੀ ਰੀਡਿੰਗ ਕਿਆ ਹੈ ਕਿਉਂਕਿ ਬਾਈ ਸਵਰਾਜ ਟਰੈਕਟਰ ਦੀ ਬਹੁਤ ਡਿਮਾਂਡ ਰਹਿੰਦੀ ਹੈ ਕਈ ਵੀਰ ਜ਼ਿਆਦਾਤਰ ਸਵਰਾਜ ਟਰੈਕਟਰ ਨੂੰ ਫੋਨ ਕਰਦੇ ਆ ਸ਼ਰਨੀ ਮਾੜਾ ਸਟਾਰਟ ਕਰਦੀ ਬਾਈ ਟਰੈਕਟਰ ਲਓ ਬਾਈ ਸਟਾਰਟਿੰਗ ਦੇਖ ਲਓ ਟਰੈਕਟਰ ਦੀ ਆਵਾਜ਼ ਸੁਣ ਲਓ ਸਮੇਂ ਓਕੇ ਬਾਈ ਬਲੋ ਬਲੂ ਤਾਂ ਕਿਆ ਹੋਣੀ ਆ ਟਰੈਕਟਰ ਦੀ ਹੈ ਨਾ ਤਾਂ ਕਰਦੇ ਬੰਦ ਵੀਰੇ ਅਤੇ ਟਰੈਕਟਰ ਵਧੀਆ ਬਾਈ ਓਕੇ ਇੰਜਨ ਦਾ ਵੀ ਵਧੀਆ ਟਰੈਕਟਰ ਡਬਲ ਡਿਸਟ੍ਰੀਬਿਊਟਰ ਲੱਗਿਆ ਵਾ ਟਰੈਕਟਰ ਨੂੰ ਅਤੇ ਹੁੱਕ ਹੱਕ ਨਾਲ ਦੀ ਹੋਇਆ ਸਾਰਾ ਕੁਛ ਬਾਈ ਹੁੱਕ 'ਤੇ ਦੇਖ ਲਓ ਵੀ ਟਰੈਕਟਰ ਕਿੰਨਾ ਕੁ ਚੱਲਿਆ ਹੋਇਆ ਹੁੱਕ ਦੀ ਨਹੀਂ ਇੰਨੀ ਹੁੱਕ ਦੀ ਨਹੀਂ ਇੰਨੀ ਘਸਾਈ ਹੋਈ ਬਾਈ ਅਤੇ ਆਹ ਜ਼ਰੂਰ ਟੇਪਾਂ ਲਵਾਈਆਂ ਹੋਈਆਂ ਬਾਈ ਇਹਦੇ ਪਰ ਹੈ ਯਾਰ ਨਹੀਂ ਹਾਂ ਟੇਪ ਯਾਰ ਪਤਾ ਨਹੀਂ ਲੋਕ ਬਹੁਤ ਲੱਗ ਗਏ ਯਾਰ ਨਹੀਂ ਕਰਾਉਣੇ ਯਾਰ ਹੈ ਨਾ ਟੇਪ ਹਾਂ ਵੀ ਰੰਗ ਨਾ ਉਤਰੇ ਠੀਕ ਆ ਅਤੇ ਬਾਕੀ ਜਿਹਨੇ ਵੀ ਕਿਸੇ ਮੇਰੇ ਭਰਾ ਨੇ ਦੇਖਣਾ ਹੋਇਆ ਬਾਈ ਟਰੈਕਟਰ ਤਾਂ ਰੋਪੜ ਆ ਕੇ ਦੇਖ ਸਕਦਾ ਟਰੈਕਟਰ ਅਤੇ ਬਾਕੀ ਜੇ ਕੋਈ ਹੋਰ ਜਾਣਕਾਰੀ ਲੈਣੀ ਹੈ ਤਾਂ ਉਹਨਾਂ ਨੰਬਰ ਪਾ ਦੂੰਗਾ ਉਹਦੇ 'ਤੇ ਕਾਲ ਕਰਕੇ ਜਾਣਕਾਰੀ ਲੈ ਸਕਦਾ ਜੀ ਅਤੇ ਬਾਕੀ ਬਾਈ ਸ਼ਰਨੀਆਂ ਵਿੱਚ ਟਰੈਕਟਰ ਨੇ ਹੈ ਨਾ ਵਿੱਚੇ ਕੱਟਿਆ ਪਾਉਣਾ ਹੈ ਨਾ ਵੈਸੇ ਅਤੇ ਬਾਕੀ ਬਾਈ ਉਰੇ ਨਵੇਂ ਟਰੈਕਟਰ ਵੀ ਆ ਸਵਰਾਜ ਦੇ ਅਤੇ ਸਾਰੇ ਮਾਡਲ ਸਵਰਾਜ ਦੇ 855 744 735 ਅਤੇ ਬਾਕੀ ਕਿਸੇ ਨੇ ਵੀ ਬਾਈ ਟਰੈਕਟਰ ਲੈਣਾ ਹੋਇਆ ਨਵਾਂ ਤਾਂ ਬਾਈ ਇਹਨਾਂ ਨਾਲ ਜ਼ਰੂਰ ਸੰਪਰਕ ਕਰ ਸਕਦਾ ਹੈ ਅਤੇ ਰੋਪੜ ਬਾਈ ਇਹਨਾਂ ਦੀ ਡੀਲਰਸ਼ਿਪ ਅਤੇ ਆਹ ਸੈਂਟਰ ਗੇਅਰ ਵਾਲਾ ਖੜਾ ਬਾਈ ਸਵਰਾਜ ਟਰੈਕਟਰ ਅਤੇ 14 ਦੇ ਟਾਇਰਾਂ ਵਿੱਚ ਹੈ ਅਤੇ ਯਾਨੀ ਹੁਣ ਜ਼ਿਆਦਾਤਰ ਬਾਈ ਵੈਸੇ 16 ਦੇ ਟਾਇਰਾਂ ਵਿੱਚ ਲੱਗ ਗਏ 855 ਲੈਣਾ ਹੈ ਨਾ 16 ਦੇ ਟਾਇਰਾਂ ਵਾ ਲੰਦੇ ਜ਼ਿਆਦਾਤਰ ਮੈਂ ਦੇਖਿਆ ਸੈਂਟਰ ਗੇਅਰ ਟਰੈਕਟਰ ਵਿਕਦਾ ਹੈ ਨਾ ਸਾਈਡ ਗੇਅਰ ਥੋੜ੍ਹਾ ਜਿਹਾ ਪਤਾ ਨਹੀਂ ਕਿਆ ਚੱਕਰ ਹੈ ਅਤੇ ਸੈਂਟਰ ਗੇਅਰ ਵਧੀਆ ਲਈ ਜਾਂਦੇ ਜ਼ਿਆਦਾਤਰ 14 ਦੇ ਟਾਇਰਾਂ ਵਿੱਚ ਮੈਂ ਨਾ ਆਹੀ ਆਹ ਬਸ 2 ਟਰੈਕਟਰ ਹੀ ਖੜੇ ਇਹਨਾਂ ਕੋਲ ਬਾਕੀ ਸਾਰੇ ਆਹ 16 ਦੇ ਟਾਇਰਾਂ 'ਚ ਖੜੇ ਆ ਹਾਂ ਸਾਨੂੰ ਇੱਕ ਹੋਰ ਹੈ ਹੁਣ ਮੈਂ ਦੇਖਿਆ ਲੋਕ ਨਾ ਜ਼ਿਆਦਾ 744 ਵੀ ਬਹੁਤ ਲੱਗ ਗਏ ਲੈਣ ਹਾਂ 744 ਹੁਣ ਕਈ ਟਰੈਕਟਰ ਗਏ ਆ ਅਤੇ ਬਾਕੀ ਚਲੋ ਆਪਣੀ ਆਪਣੀ ਚੋਇਸ ਆ ਹਰੇਕ ਦੀ ਇਹਨੇ 855 ਲੈਣਾ ਉਹਨੇ 855 ਹੀ ਲੈਣਾ ਟਰੈਕਟਰ ਅਤੇ ਬਾਕੀ ਬਾਈ ਆਹ ਟਰੈਕਟਰ ਬਾਰੇ ਜੇ ਕੋਈ ਹੋਰ ਜਾਣਕਾਰੀ ਲੈਣੀ ਹੋਵੇ ਤਾਂ ਲੈ ਸਕਦਾ 2700-2250 ਘੰਟਾ ਚੱਲਿਆ ਵਾ ਹੈ ਨਾ ਬਾਈ ਹਾਂ 2200 ਘੰਟਾ ਚੱਲਿਆ ਹੋਇਆ ਬਾਈ ਟਰੈਕਟਰ ਇਹ ਅਤੇ ਨੰਬਰ ਇਹਦਾ ਲੋਕਲ ਆ ਬਾਈ ਪੰਜਾਬ ਦੇ ਨੰਬਰ ਹੈ ਰੋਪੜ ਨੰਬਰ ਆ ਅਤੇ ਹਾਂ ਬਾਈ PB12 ਨੰਬਰ ਆ ਬਾਈ ਕਹਿੰਦਾ ਰੋਪੜ ਦਾ ਅਤੇ ਆਹ ਬਾਈ 16 ਦੇ ਟਾਇਰਾਂ ਵਿੱਚ ਖੜ੍ਹਾ ਏ ਸੈਂਟਰ ਗੇਅਰ ਵਿੱਚ ਇਹ ਵੀ ਟਰੈਕਟਰ ਕੰਡੀਸ਼ਨ ਦੇਖ ਲਓ ਬਾਈ ਟਰੈਕਟਰ ਦੀ ਅਤੇ ਟਾਇਰ ਟੂਰ ਹੋਣਗੇ ਪਿਛਲੇ ਪੈਸੇ 70 ਪੈਸੇ ਹੋਣਗੇ ਟਾਇਰ ਅਤੇ ਮੁਰਲੇ ਟਾਇਰ ਤਾਂ 20 ਕੁ ਪੈਸੇ ਆ 20-25 ਕੁ ਪੈਸੇ ਅਤੇ ਟਰੈਕਟਰ ਤੁਸੀਂ ਦੇਖ ਲਓ ਬਾਈ ਕਿਉਂਕਿ ਬਹੁਤ ਸਾਰੇ ਵੀਰ ਬਾਈ 475 ਵਾਸਤੇ ਫੋਨ ਕਰਦੇ ਆ ਕਿਉਂਕਿ 475 ਦੀ ਡਿਮਾਂਡ ਵੱਧ ਆ ਬਾਈ ਟਰੈਕਟਰ ਦੀ ਅਤੇ ਰੰਗ ਟਰੈਕਟਰ ਦਾ ਠੀਕ ਆ 1-2 ਜਗ੍ਹਾ 'ਤੇ ਥੋੜ੍ਹਾ ਥੋੜ੍ਹਾ ਜਿਹਾ ਪੇਂਟ ਜਿਹਾ ਮਾਰਿਆ ਹੋਇਆ ਟਰੈਕਟਰ ਨੂੰ ਅਤੇ ਬਾਕੀ ਦਾ ਟਰੈਕਟਰ ਠੀਕ ਆ ਜਾਣੀ ਕਿ ਓਕੇ ਲੱਗਦਾ ਦੇਖਣ ਨੂੰ ਸਰਪੰਚ ਮਾਡਲ ਆ ਜੀ ਇਹ ਉੱਚੀ ਟੈਂਕੀ ਵਾਲਾ
ਇਹਦੇ ਮੈਂ ਦੋ ਮਾਡਲ ਆਉਣੇ, ਇੱਕ ਤਾਂ ਦੂਜਾ ਆਉਂਦਾ ਭੂਮੀ ਪੁੱਤਰ, ਇੱਕ ਆਉਂਦਾ ਇਹ ਸਰਪੰਚ ਮਾਡਲ। ਇਹਦੇ ਵਿੱਚ ਦੋ ਮਾਡਲ ਹੈ ਅਤੇ ਟਾਇਰ ਠੀਕ ਆ ਬਾਈ ਟਰੈਕਟਰ ਦੇ। ਇੱਕ ਵਾਰ ਪਿੱਛੋਂ ਵੀ ਦਿਖਾਉਂਦੇ ਤੁਹਾਨੂੰ, ਲਓ ਜੀ ਪਵਨ ਬਾਈ ਨਾਲ ਆ। ਪਵਨ ਕੀ ਹਾਲ ਆ ਬਾਈ? ਵਧੀਆ ਬਾਈ ਵਧੀਆ। ਤੂੰ ਵੀ ਟਰੈਕਟਰ ਦੇਖਣ ਆਇਆ ਅੱਜ? ਹਾਂ ਬਾਈ ਲੈ ਕੇ ਆਏ ਅੱਜ। ਅੱਜੇ ਲੈ ਕੇ ਆਏ ਹੈ ਨਾ? ਅੱਜੇ ਲੈ ਆਏ। ਠੀਕ ਆ ਠੀਕ ਆ। ਟਰੈਕਟਰ ਤਾਂ ਠੀਕ ਲੱਗਦਾ ਪਵਨ ਦੇਖਣ ਨੂੰ ਬਾਈ, ਹੈ ਨਾ? ਬਾਕੀ ਬਾਈ ਜਿਹੜੇ ਵੀ ਮੇਰੇ ਕਿਸੇ ਭਰਾ ਨੇ ਲੈਣਾ ਹੋਇਆ ਟਰੈਕਟਰ, ਆਪਣਾ ਆ ਕੇ ਦੇਖ ਕੇ ਚੈੱਕ ਕਰਕੇ ਤਸੱਲੀ ਕਰ ਸਕਦਾ ਟਰੈਕਟਰ ਦੀ। ਅਤੇ ਆਪਣੇ ਕੋਲ ਹੈ ਨਹੀਂ ਬਾਈ ਟਰੈਕਟਰ, ਇਹ ਖੜ੍ਹਾ ਇਹ ਸਵਰਾਜ ਵਾਲੇ ਵੀਰਾਂ ਕੋਲ ਹੈ ਟਰੈਕਟਰ। ਅਤੇ 475 ਦਾ ਬਾਈ ਕਾਫੀ ਡਿਮਾਂਡ ਰਹਿੰਦੀ ਹੈ ਟਰੈਕਟਰ ਦੀ, ਅਤੇ ਜ਼ਿਆਦਾਤਰ ਵੀਰ 475 ਨੂੰ ਸੈਕਿੰਡ ਹੈਂਡ ਵਿੱਚ ਬਹੁਤ ਜ਼ਿਆਦਾ ਪਸੰਦ ਕਰਦੇ ਆ। ਅਤੇ ਪੇਂਟ ਹੋਇਆ ਵਾ ਇੱਕ ਦੋ ਜਗ੍ਹਾ 'ਤੇ ਬਾਈ, ਥੋੜ੍ਹਾ ਬਹੁਤਾ ਪਰ ਹਾਂ ਪੇਂਟ ਹੋਇਆ ਹੋਇਆ ਟਰੈਕਟਰ। ਅਤੇ ਟਰੈਕਟਰ ਠੀਕ ਹੈ, ਇੰਜਣ ਗੇਅਰ ਦਾ ਟਰੈਕਟਰ ਵਧੀਆ ਹੈ। ਗੇਅਰ ਗੂਰ ਓਕੇ ਆ, ਟਰੈਕਟਰ ਦੇਖਿਆ ਥੋੜ੍ਹਾ ਜਿਹਾ ਪਹਿਲਾਂ ਚਲਾ ਕੇ ਚੈੱਕ ਕਰ ਲਿਆ ਸੀਗਾ। ਅਤੇ ਲੋਕੇਸ਼ਨ ਪਤਾ ਹੀ ਆ ਬਾਈ ਸਾਰਿਆਂ ਨੂੰ, ਰੋਪੜ ਭੱਠਾ ਸਾਹਿਬ ਦੇ ਬਿਲਕੁਲ ਸਾਹਮਣੇ ਮੇਨ ਰੋਡ ਚੰਡੀਗੜ੍ਹ ਹਾਈਵੇ 'ਤੇ ਏਜੰਸੀ ਹੈ ਵੀਰਾਂ ਦੀ ਸਵਰਾਜ ਦੀ, ਅਤੇ ਉੱਥੇ ਆ ਕੇ ਟਰੈਕਟਰ ਦੇਖ ਸਕਦਾ ਜਿਹਨੇ ਦੇਖਣਾ ਹੋਵੇ। ਪਵਨ ਤੁਹਾਡੇ ਕੋਲ ਆਇਆ ਬਾਈ ਟਰੈਕਟਰ ਨਵਾਂ ਕੋਈ? ਅਜੇ ਨਹੀਂ ਆਇਆ। ਹਾਂ ਸਾਡਾ ਇੱਕ ਜਿਹੜਾ ਸਵਰਾਜ ਦਾ ਉਹ ਤਾਂ ਵਿਕ ਗਿਆ। ਓਕੇ ਮਾਡਲ ਠੀਕ ਆ ਬਾਈ, ਉਹ ਵਧੀਆ ਰੇਟ 'ਤੇ ਵਿਕ ਗਿਆ। ਠੀਕ ਆ ਠੀਕ ਆ, ਚੱਲ ਵਧੀਆ ਬਾਈ। ਬਾਕੀ ਜੇ ਕੋਈ ਆਇਆ ਦੱਸੂੰਗਾ ਜ਼ਰੂਰ। ਠੀਕ ਆ ਭਰਾ ਠੀਕ ਆ। ਅਤੇ ਬਾਈ ਬੰਪਰ ਬੁੰਪਰ ਵੀ ਲੱਗਿਆ ਹੋਇਆ ਟਰੈਕਟਰ ਨੂੰ, ਅਤੇ ਬਾਕੀ ਦਾ ਟਰੈਕਟਰ ਤਾਂ ਠੀਕ ਹੈ। ਬਾਕੀ ਜਿਹਨੇ ਲੈਣਾ ਬਾਈ ਚੈੱਕ ਕਰਕੇ ਆਪਣੀ ਤਸੱਲੀ ਕਰ ਲਿਓ। ਅਤੇ ਐੱਮ ਆਰ ਐੱਫ ਦੇ ਟਾਇਰ ਲੱਗੇ ਹੋਏ ਆ ਬਾਈ ਮਗਰਲੇ, ਦੇਖ ਸਕਦੇ ਹੋ ਤੁਸੀਂ ਐੱਮ ਆਰ ਐੱਫ ਸ਼ਕਤੀ ਪਲੱਸ ਲਾਈਫ ਦੇ ਟਾਇਰ ਲੱਗੇ ਹੋਏ ਆ। ਸਰਪੰਚ ਮਾਡਲ ਹੈ ਅਤੇ ਨੰਬਰ ਵੀ ਲੋਕ ਲਿਆ ਪੰਜਾਬ ਦਾ, ਟਾਇਰ ਹੋਣਗੇ 70 ਪੈਸੇ ਤੋਂ ਉੱਪਰ। ਸੋ ਕਿਸੇ ਨੇ ਦੇਖਣਾ ਤਾਂ ਆ ਕੇ ਬਾਈ ਵੀਰਾਂ ਕੋਲ ਦੇਖ ਸਕਦਾ। ਅਤੇ ਬਾਈ ਨਾ ਕੋਲ ਹੋਰ ਵੀ ਬਾਈ ਸੈਕਿੰਡ ਹੈਂਡ ਟਰੈਕਟਰ ਸਾਰੇ ਮਿਲ ਜਾਂਦੇ ਵਧੀਆ ਰੇਟ 'ਤੇ। ਦੇਖ ਲਓ ਕਿੰਨੇ ਟਰੈਕਟਰ ਖੜ੍ਹੇ ਆ, ਸਾਰੇ ਖੜ੍ਹੇ ਆ 735 ਤੋਂ ਲੈ ਕੇ 744 ਖੜ੍ਹੇ ਆ। ਦੋ ਟਰੈਕਟਰ ਸੋਨਾਲੀਕਾ ਖੜ੍ਹਾ ਬਾਈ, ਫਾਰਮ ਟਰੈਕ ਖੜ੍ਹਾ ਏ, ਅਤੇ ਇੱਕ 585 ਖੜ੍ਹਾ ਬਾਈ